ਭਗਵੰਤ ਮਾਨ ਦਾ ਫਤਿਹਗੜ੍ਹ ਚੂੜੀਆਂ 'ਚ ਜ਼ਬਰਦਸਤ ਰੋਡ ਸ਼ੋਅ, ਬਲਬੀਰ ਸਿੰਘ ਪੰਨੂ ਦੀ ਅਗਵਾਈ 'ਚ ਵੱਡਾ ਹਜੂਮ ਰੋਡ ਸ਼ੋਅ 'ਚ ਹੋਇਆ ਸ਼ਾਮਲ। CM ਭਗਵੰਤ ਮਾਨ ਦੇ ਰੋਡ ਸ਼ੋਅ 'ਚ ਵੱਡੀ ਗਿਣਤੀ 'ਚ ਇਕੱਠ ਵੇਖ ਹਲਕਾ ਫਤਿਹਗੜ੍ਹ ਚੂੜੀਆਂ ਦੇ ਲੋਕਾਂ ਦਾ ਬਲਬੀਰ ਸਿੰਘ ਪੰਨੂ ਨੇ ਕੀਤਾ ਧੰਨਵਾਦ। ਭਗਵੰਤ ਮਾਨ ਨੇ ਆਪਣੇ ਭਾਸ਼ਣ 'ਚ ਲੋਕਾਂ ਨੂੰ ਇੱਕ ਵਾਰ ਫਿਰ ਮੌਕਾ ਦੇਣ ਦੀ ਕੀਤੀ ਅਪੀਲ। ਆਮ ਆਦਮੀ ਪਾਰਟੀ ਵੱਲੋਂ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜ ਰਹੇ ਸ਼ਹਿਰੀ ਕਲਸੀ ਦੇ ਹੱਕ 'ਚ ਫਤਿਹਗੜ੍ਹ ਚੂੜੀਆਂ 'ਚ CM ਭਗਵੰਤ ਮਾਨ ਦਾ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿੱਚ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਬਲਬੀਰ ਸਿੰਘ ਪੰਨੂ ਦੀ ਅਗਵਾਈ 'ਚ ਸ਼ਾਮਲ ਹੋਏ। ਰੋਡ ਸ਼ੋਅ 'ਚ ਵੱਡਾ ਵਿਸ਼ਾਲ ਇਕੱਠ ਵੇਖ CM ਭਗਵੰਤ ਮਾਨ ਖੁਸ਼ੀ 'ਚ ਬਾਗੋ ਬਾਗ ਦਿਖਾਈ ਦਿੱਤੇ ਅਤੇ ਉਹਨਾਂ ਨੇ ਫਤਿਹਗੜ੍ਹ ਚੂੜੀਆਂ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਤੁਹਾਡੇ ਵਿੱਚ ਜੋਸ਼ ਦਿਖਾਈ ਦੇ ਰਿਹਾ ਹੈ, ਤੁਹਾਡੇ ਤੋਂ ਤਾਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੱਲ੍ਹ ਹੀ ਵੋਟਾਂ ਪੈ ਜਾਣ ਅਤੇ ਤੁਸੀਂ ਝਾੜੂ ਦਾ ਬਟਨ ਦਬਾ ਦਿਓ। ਸ਼ਹਿਰੀ ਕਲਸੀ ਵੱਲੋਂ ਵੀ ਇਕੱਠ ਵੇਖ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਬਲਬੀਰ ਸਿੰਘ ਪੰਨੂ ਨੇ ਵੀ ਇਕੱਠ ਵੇਖ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਹਲਕਾ ਫਤਿਹਗੜ੍ਹ ਚੂੜੀਆਂ ਦੇ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਹੈ, ਉਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 1 ਤਰੀਕ ਨੂੰ ਇਹ ਲੋਕ ਵੋਟਾਂ ਪਾ ਕੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ। ਇਸ ਵਾਰ ਕੋਈ ਕਾਂਗਰਸ ਕੋਈ ਬੀਜੇਪੀ ਛੱਡੋ, ਪਰ ਇਹਨਾਂ ਨੂੰ ਬਹੁਤ ਵਾਰੀ ਪਰਖ ਲੇ। ਇੱਕ ਵਾਰੀ ਆ ਹੁਣ ਦਰਖਤ ਹੈ, ਇਹ ਵੀ ਹਰੇਕ ਸਾਲ ਪੱਤੇ ਬਦਲ ਲੈਂਦਾ, ਹੁਣ ਤੁਸੀਂ ਤਾਂ ਬਦਲੋ। ਉਹ ਪਿੱਪਲ ਦਿਆ ਪੱਤਿਆ ਵੇ, ਆ ਪਿੱਪਲ ਦਿਆ ਪੱਤਿਆ ਵੇ ਕਾਹਦੀ ਖੜ 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 ਲਾਈ ਹੈ, ਪੱਤ ਝੜ ਗਏ ਪੁਰਾਣੇ ਜਨਾਬ, ਰੁੱਤ ਨਵਿਆਂ ਦੀ ਆਈ ਹੈ। ਠੀਕ ਹੋ? ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੰਨਾ ਪਿਆਰ ਦੇ ਰਹੇ ਹੋ। ਮੈਂ ਹੁਣ ਇਸ ਤੋਂ ਬਾਅਦ ਅੱਗੇ ਵੀ ਜਾਣਾ, ਪਰ ਇੰਨੇ ਨਾਲ ਮੈਨੂੰ ਇੰਨਾ ਪਤਾ ਲੱਗ ਗਿਆ, ਮੈਂ ਫਿਰ ਫਤਿਹਗੜ੍ਹ ਚੂੜੀਆਂ ਵਾਲੇ ਪਾਸੋਂ ਹਾਂ ਹੀ ਸਮਝਾਂ। ਦੋਨੇ ਹੱਥ ਤਾਂ ਕਰਕੇ ਦੋ ਨਾਰੇ ਲਾ ਦਿਓ, ਇਨਕਲਾਬ ਬੋਲੇ ਸੋਨੀਆ। ਫਤਿਹਗੜ੍ਹ ਚੂੜੀਆਂ ਵਾਲਿਓ, ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਦੋਵੇਂ ਹੱਥ ਖੜੇ ਕਰਕੇ ਨਾਰਾ ਲਾਉਣ ਲੱਗਾ, ਆਪਣਾ ਜੋਸ਼ ਦੱਸ ਦਿਓ ਔਰ ਪਤਾ ਲੱਗ ਜਾਏ ਵੀ ਇੱਥੋਂ ਝਾੜੂ ਦੇ ਨਾਲ ਨਾਲ ਪੋਚਾ ਵੀ ਫੇਰ ਲੱਗੇ, ਨੁੱਕਰਾਂ 'ਚ ਵੀ ਕੱਟ ਨਹੀਂ ਰਹਿਣ ਦੇਣਾ। ਇਨਕਲਾਬ ਆਮ ਆਦਮੀ ਪਾਰਟੀ। ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਬਹੁਤ ਬਹੁਤ ਤੁਹਾਡਾ ਧੰਨਵਾਦ। ਮਾਨ ਸਾਹਿਬ ਕਹਿੰਦੇ ਕਿੱਕਲੀ ਸੁਣਾ ਦਿਓ ਜੀ, ਆਵਾਜ਼ ਵਾਰ ਵਾਰ ਆਈ ਦੇ। ਅਲਚੋ ਕਿੱਕਲੀ ਨੀ ਹੈਗੀ, ਉਹ ਅਕਾਲੀ ਦਲ ਦਾ ਨਾ ਸਾਰਾ ਹਾਲਤ ਦੱਸਦੀ ਹੈ ਕਿੱਕਲੀ।
ਵੀ ਕਿਵੇਂ ਕਦੋਂ ਕਦੋਂ ਕਿੱਥੇ ਕਿਵੇਂ ਫੁਰ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਤੇ ਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨੀ ਬਿਜਲੀ ਦਾ ਕੋਈ ਬਿੱਲ ਨੀ ਨਹਿਰਾਂ ਕੱਸੀਆਂ ਸੂਹਿਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਬਾਦਲ ਸਾਹਿਬ ਸਾਨੂੰ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਬਾਦਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਹੈ ਫਿਰ ਅਕਾਲੀ ਦਲ ਦੀ ਫੱਟੀ ਸੁਖਬੀਰ ਤੇ ਮਜੀਠੀਏ ਨੇ ਪੋਚੀ ਹੈ ਮੇਰਾ ਭਾਈ ਜਿਹਦਾ ਨਾਂ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮੌਜ ਬੜੀ ਲੁੱਟੀ ਹੈ ਘੁੱਗੀ ਛਿੱਤਰ ਨਾਲ ਕੁੱਟੀ ਹੈ ਪਰ ਹੁਣ ਸਾਡੀ ਜੜ ਸਤਾਉਜ ਵਾਲੇ ਮਾਨ ਨੇ ਪੁੱਟੀ ਹੈ ਲੈ 4 ਜੂਨ ਤੋਂ ਬਾਅਦ ਬਾਦਲ ਪ੍ਰਭਾਤ ਦੀ ਰਾਜਨੀਤੀ ਤੋਂ ਪੱਕੀ ਛੁੱਟੀ ਹੈ ਸਭ ਤੋਂ ਪਹਿਲਾਂ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅੱਜ ਫਤਿਹਗੜ੍ਹ ਚੂੜੀਆਂ ਦੀ ਧਰਤੀ ਤੇ ਫਤਿਹਗੜ੍ਹ ਸ਼ਹਿਰ ਵਿਖੇ ਆਉਣ ਤੇ ਮੈਂ ਜੀ ਆਇਆਂ ਆਖਦਾ ਧੰਨਵਾਦ ਕਰਦਾ ਪੂਰੇ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਪੂਰਾ ਭਖਿਆ ਹੋਇਆ ਜੋ ਡੇਲੀ ਰੋਡ ਸ਼ੋ ਡੇਲੀ ਮੀਟਿੰਗਾਂ ਡੇਲੀ ਰੋਡ ਸ਼ੋ ਡੇਲੀ ਮੀਟਿੰਗਾਂ ਫਿਰ ਵੀ ਉਹਨਾਂ ਨੇ ਸਾਡੇ ਸ਼ਹਿਰ ਫਤਿਹਗੜ੍ਹ ਚੂੜੀਆਂ ਨੂੰ ਰੋਡ ਸ਼ੋ ਦਾ ਸਮਾਂ ਦਿੱਤਾ ਅੱਜ ਫਤਿਹਗੜ੍ਹ ਚੂੜੀਆਂ ਦੇ ਵਿੱਚ ਮੈਨੂੰ ਲੱਗਦਾ 15-20 ਹਜ਼ਾਰ ਦੀ ਸੰਗਤ ਛੋਟਾ ਜਿਹਾ ਮੈਸੇਜ ਕੱਲ੍ਹ ਹੀ ਮੈਨੂੰ ਮੈਸੇਜ ਮਿਲਿਆ ਸੀ ਪਰਸੋਂ ਸ਼ਾਮ ਨੂੰ ਉਸੇ ਟਾਈਮ ਤੁਹਾਨੂੰ ਮੈਂ ਮੈਸੇਜ ਕਰਤਾ ਸੀ ਵੀ ਸੇਮ ਸਾਹਿਬ ਦੇ ਆਉਣ ਦੀ ਸੰਭਾਵਨਾ ਹੈ ਅਤੇ 2 ਦਿਨ ਦੇ ਵਿੱਚ ਵਿੱਚ ਹੀ ਬਸ ਵਟਸਐਪ 'ਤੇ ਹੀ ਮੈਸੇਜ ਲੱਗਾ ਅਤੇ ਸੰਗਤ ਨੇ ਅੱਜ ਜਿੰਨਾ ਜੋ ਪਿਆਰ ਦਿੱਤਾ ਹੈ ਮੈਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ ਭਰਾ ਜੋ ਸ਼ਹਿਰੀ ਕਲ ਸੀ ਉਹਨਾਂ ਦੇ ਹੱਕ ਦੇ ਵਿੱਚ ਜਦ ਸੰਗਤ 'ਚ ਫਤਿਹਗੜ੍ਹ ਚੂੜੀਆਂ ਦੀ ਨੇ ਫਤਵਾ ਦਿੱਤਾ ਹੈ ਉਹ ਕਲੀਅਰ ਦਿਖ ਰਿਹਾ ਹੈ ਫਤਿਹਗੜ੍ਹ ਚੂੜੀਆਂ ਦੇ ਵਿੱਚ 70-30 ਦਾ ਮੁਕਾਬਲਾ ਹੋਊਗਾ ਉਹਨਾਂ ਦੋਨਾਂ ਪਾਰਟੀਆਂ 'ਚ 30% ਹੀ ਛੱਡਾਂਗੇ 70% ਸੰਗਤ ਇੱਕ ਮੌਕਾ ਜ਼ਰੂਰ ਦੇਊਗੀ ਅਤੇ ਪਿੰਡ ਪਿੰਡ ਜਾ ਕੇ ਮੈਂ ਸੰਗਤ ਨੂੰ ਕਿਹਾ ਅੱਜ ਮੈਂ ਜਿਹੜੀ ਜਿਹੜੀ ਸੰਗਤ ਨੂੰ ਗਿਆ ਸਾ ਪਿੰਡਾਂ 'ਚ ਵਿੱਚ 10-10 ਵਾਰੀ ਅੱਜ ਉਹ ਸੰਗਤ ਨੇ ਦੱਸ ਦਿੱਤਾ ਹੈ ਆਹ ਸੰਗਤ ਨੇ ਦੱਸ ਦਿੱਤਾ ਹੈ 4 ਤਰੀਕ ਨੂੰ ਰਿਜ਼ਲਟ ਕੀ ਆਊਗਾ ਅੱਜ ਸੰਗਤ ਨੇ ਜੋ ਪਿਆਰ ਦਿੱਤਾ ਹੈ ਸੰਗਤ ਦਾ ਮੈਂ ਧੰਨਵਾਦ ਵੀ ਕਰਦਾ ਔਰ ਸੰਗਤ ਦਾ ਮੈਂ ਇੱਕ ਆਇਆ ਹੋਇਆ ਕਦਮ ਪਿੰਡਾਂ ਦੇ ਵਿੱਚ ਜੋ ਮੈਂ ਸੰਗਤ ਨੂੰ ਵਾਅਦੇ ਕੀਤੇ ਨੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਵੀ ਉਹੀ ਗੱਲ ਕਰਕੇ ਗਏ ਨੇ ਕਿ 4 ਤਰੀਕ ਨੂੰ ਤੁਹਾਡਾ ਕੰਮ ਖਤਮ ਹੈ 1 ਤਰੀਕ ਨੂੰ ਵੋਟ ਪਾਉਣੀ 4 ਤਰੀਕ ਨੂੰ ਰਿਜ਼ਲਟ ਆਉਣਾ 4 ਤਰੀਕ ਨੂੰ ਸੰਗਤ ਦਾ ਕੰਮ ਖਤਮ ਹੈ ਅਤੇ ਸਾਡਾ ਕੰਮ ਸ਼ੁਰੂ ਹੈ ਮੈਂ ਪਿੰਡਾਂ ਦੇ ਵਿੱਚ ਵੀ ਜਿਹੜੇ ਵਾਅਦੇ ਕੀਤੇ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਵਾਅਦੇ ਕਰਕੇ ਗਏ ਨੇ ਮੈਂ ਜਿੰਨੀ ਵੀ ਫਤਿਹਗੜ੍ਹ ਚੂੜੀਆਂ ਦੀ ਸਾਧ ਸੰਗਤ ਹੈ ਹੱਥ ਜੋੜ ਕੇ ਬੇਨਤੀ ਕਰਦਾ 1 ਤਰੀਕ ਨੂੰ ਆਪਣਾ ਕੀਮਤੀ ਵੋਟ ਪਾਉਣ ਜ਼ਰੂਰ ਜਾਇਓ 1 ਤਰੀਕ ਨੂੰ ਆਪਣੇ ਹੱਕ ਵਾਸਤੇ ਕਿਉਂਕਿ 75 ਸਾਲ ਹੋ ਗਏ ਨੇ 75 ਸਾਲਾਂ ਦੇ ਵਿੱਚ ਅਕਾਲੀ ਕਦੀ ਕਾਂਗਰਸੀ ਆਉਂਦੇ ਰਹੇ ਚਲੇ ਜਾਂਦੇ ਰਹੇ ਅਦਲ ਬਦਲ ਹੁੰਦੇ ਰਹੇ ਕਦੀ ਕਿਸੇ ਵੀ ਕੋਈ ਸੁਣਵਾਈ ਨਹੀਂ ਹੋਈ ਪਿੰਡਾਂ ਦੇ ਵਿੱਚ ਪ੍ਰਬੰਧਕ ਸਨ ਇਸ ਕਰਕੇ ਪੰਚਾਇਤਾਂ ਦੇ ਕਈਆਂ ਪੰਚਾਇਤਾਂ ਦੇ ਕੰਮ ਨਹੀਂ ਹੋਏ ਮੇਨ ਜਿਹੜੇ ਕੰਮ ਰੋਡ ਦੇ ਨੇ ਹੋਰ ਵੀ ਕਈ ਕੰਮ ਜਿਹੜੇ 2 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਮੈਂ 4 ਅਰਬ ਦਾ ਮੈਂ ਰਿਪੋਰਟ ਕਾਰਡ ਵੀ ਆਪਣਾ ਪੇਸ਼ ਕੀਤਾ ਹੈ ਪਰ ਵੱਧ ਤੋਂ ਵੱਧ
ਪੰਜਾਂ ਸਾਲਾਂ ਦੇ ਵਿੱਚ ਮੈਂ ਸ਼ਹਿਰੀ ਕੌਂਸਲ ਜੀ ਨੇ ਵੀ ਕਿਹਾ ਹੈ ਕਿ ਜੇ ਮੈਂ ਪੰਜਾਂ ਸਾਲਾਂ 'ਚ ਕਾਰਜਕਾਰੀ ਕਰੂੰਗਾ, ਚੰਗੇ ਕੰਮ ਕਰੂੰਗਾ ਤਾਂ ਮੇਰਾ ਸਾਥ ਦਿਓ। ਪਰ ਮੈਂ 3 ਸਾਲਾਂ ਲਈ, ਮੈਂ 3 ਸਾਲਾਂ ਲਈ ਬੇਨਤੀ ਕਰਦਾ ਸੰਗਤ ਨੂੰ ਕਿ 3 ਸਾਲਾਂ ਦੇ ਵਿੱਚ ਮੈਂ ਚੰਗਾ ਕੰਮ ਕਰੂੰਗਾ ਅਤੇ ਗਾਂ ਵੱਧ ਚੜ੍ਹ ਕੇ ਮੇਰਾ ਸਾਥ ਦਿਓ, ਨਹੀਂ ਤਾਂ ਮੇਰਾ ਹੱਕ ਬਣਦਾ ਨਹੀਂ। ਦੇਖੋ ਜੀ, ਮੈਨੂੰ ਕਾਫੀ ਪਿੰਡਾਂ ਦੇ ਵਿੱਚੋਂ ਮੈਸੇਜ ਆ ਰਿਹਾ, ਪਰ ਮੈਨੂੰ ਲੱਗਦਾ ਵੀ ਕਿੰਨਿਆਂ ਕੁ ਪਿੰਡਾਂ ਨੂੰ ਜ਼ਰੂਰੀ ਮੈਂ ਸਮਝੂਗਾ, ਕਿਉਂਕਿ ਕਈ ਪਿੰਡ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਮੈਂ 10-10 ਵਾਰੀ ਜਾ ਆ। ਪਰ ਮੈਂ ਵੇਖਾਂਗਾ ਬੜੇ ਧਿਆਨ ਦੇ ਨਾਲ ਸੋਚ ਸਮਝ ਕੇ ਜਿਹੜਾ ਪਿੰਡਾਂ ਦੇ ਵਿੱਚ ਜਾਣ ਦੀ ਲੋੜ ਹੈ, ਜਿਹਨਾਂ ਪਿੰਡਾਂ ਦੇ ਵਿੱਚ ਮੈਂ ਘੱਟ ਗਿਆ ਹੋਊਗਾ ਜਾਂ ਜਾਣ ਦੀ ਲੋੜ ਹੈ, ਅਤੇ ਜਿਹਨਾਂ ਪਿੰਡਾਂ ਨੂੰ ਵਿਸ਼ਵਾਸ 'ਚ ਲੈਣ ਦੀ ਲੋੜ ਹੈ, ਕਿਉਂਕਿ ਕਈ ਪਿੰਡਾਂ 'ਚ ਗੰਦਗੀ ਬਹੁਤ ਜ਼ਿਆਦਾ, ਪੀਣ ਵਾਲੇ ਪਾਣੀ ਦੀ, ਛੱਪੜ ਦੀ, ਸੀਵਰੇਜ ਦੀ ਬਹੁਤ ਗੰਦਗੀ ਹੈ, ਮੈਂ ਉੱਥੇ ਜ਼ਰੂਰ ਜਾ ਕੇ ਆਵਾਂਗਾ, ਸੰਗਤ ਨੂੰ ਮੈਂ ਵਿਸ਼ਵਾਸ 'ਚ ਲੈ ਕੇ ਆਵਾਂਗਾ, ਕਿਉਂਕਿ ਵਿਸ਼ਵਾਸ ਦੇ ਵਿੱਚ ਲੈਣਾ ਮੇਰਾ ਫਰਜ਼ ਬਣਦਾ, ਮੈਂ ਜ਼ਰੂਰ ਜਾ ਕੇ ਆਵਾਂਗਾ। ਪ੍ਰਾਇਓਰਟੀ ਉਹਨਾਂ ਪਿੰਡਾਂ ਦੇ ਦੇਖੋ ਜੀ, ਉਹ ਤੁਹਾਨੂੰ ਵੇਖੋ ਕਿਸੇ ਦੇ ਅੰਦਰ ਫੜ ਕੇ ਨਹੀਂ ਵੇਖਿਆ ਜਾਂਦਾ, 4 ਤਰੀਕ ਨੂੰ ਸਾਰਾ ਜਲਸਾ ਬਣਿਆ ਜਾਏਗਾ, ਉਹ ਪਾਰਟੀ ਕੋਈ ਇੱਦਾਂ ਨਹੀਂ ਛੱਡਦਾ। ਕਿਉਂਕਿ ਮੈਂ ਇਹ ਕਹਿ ਸਕਦਾ, ਮੈਂ ਬਾਬਾ ਸ਼੍ਰੀ ਚੰਦ ਜੀ ਨੂੰ ਮੰਨਦਾ, ਮੈਂ ਕਿਸੇ ਵੈਰੀ ਦੁਸ਼ਮਣ ਦੇ ਉੱਤੇ ਵੀ ਨਜਾਇਜ਼ ਪਰਚਾ ਨਹੀਂ ਕਰਾਇਆ, ਉਹ ਬਾਬਾ ਸ਼੍ਰੀ ਚੰਦ ਦਾ ਨਾਮ ਲੈ ਰੱਖਿਆ, ਕੋਈ ਪ੍ਰੈਸ਼ਰ ਲਾਈਜ ਨਹੀਂ, ਕੋਈ ਕਿਸੇ ਨੂੰ ਧੱਕਾ ਨਹੀਂ, ਜੇ ਸ਼ਾਮਿਲ ਹੋ ਰਹੇ ਨੇ ਤਾਂ ਕੁਝ ਵੇਖ ਕੇ ਹੋ ਰਹੇ, ਕੁਛ ਉਹਨਾਂ ਨੂੰ ਦਿਖ ਰਿਹਾ, ਤਾਂ ਕਰਕੇ ਸ਼ਾਮਿਲ ਵੇਖੋ, ਸੰਗਤ ਦਾ ਮਨ ਬਣ ਗਿਆ, ਸੰਗਤ ਨੇ ਇੱਕ ਮੌਕਾ ਦੇ ਕੇ ਵੇਖਣਾ ਹੈ, ਇੱਕ ਮੌਕਾ ਦੇਣਾ ਵੀ ਚਾਹੀਦਾ, ਮੈਂ ਤਾਂ ਕਹਿ ਰਿਹਾ ਇੱਕ ਮੌਕਾ ਦੇ ਕੇ ਚੈੱਕ ਕਰਨਾ ਚਾਹੀਦਾ, 75 ਸਾਲ ਉਹਨਾਂ ਨੂੰ ਦਿੱਤਾ, ਦੇ ਕੇ ਚੈੱਕ ਕਰਨ ਨੂੰ।